चौहान एंटरटेनमेंट चैनल देखने वाले सारे ही दर्शकों जीत हरजीत वालों प्यार भरी सत श्री अकाल। दोस्तों संत राम उदासी एक अजिहा कवि जिन्हों का लिखा सारा स्वीकारिया गया तो उन्हों की वरसी के विशेष समागम च अज असी गलबात करते हैं श्री बूटा सिंह चौहान जी नाल जिन्होंने बहुत ज़्यादा स्टेजा उन्होंने साझिया कीतिया। आओ स्वागत करते हैं श्री बूटा सिंह चौहान जी का। चौहान साहब थोड़ा बहुत बहुत स्वागत है। चौहान साहब जे आप संत राम उदासी की गल करिए कितना बड़ा कवि तुसी समझते हो संत राम उदासी? उदासी 20वीं सदी का ही वड्डा कवि सी। हाँ जी वो अज भी वड्डा कवि है। ठीक है जी। उहदी आवाज़ जिहड़ी है उहदे शरीर नाल ना मरी है ते ना ही मरनी है। बिल्कुल। वो एक अमर आवाज़ कह सकते हैं। बिल्कुल। उहदी सब तो वड्डी जिहड़ी उदाहरण सानू इस गल च मिलती है। हाँ जी अज पंजाब दे विच अनेक थावां ते पेट्रोल पंपां दे किसान बैठे ने। बिल्कुल जी। अनेक थावां ते टोल प्लाजां ते बैठे है। हाँ जी। अनेक थावां दे उत्ते धरने लगे है। हाँ जी। आवाजाइयां रोकियां जा रही है। अड्ड अड पिंड पिंड प्रोग्राम भी हो रहे हैं। उन्होंने सारे प्रोग्रामा जो कोई अज गूंज रहे हैं वो उदासी के गीत ने। अच्छा। उदासी के गीत ही गाए जाते हैं। कारण यह है भी वह संघर्षा चो निकलिया हुआ कवि सी। संघर्ष ही उहदे जीवन का अंग सी। उन्हें आपदे आर परिवार बारे जिवें असी सोचते हैं सुते पे भी सोचते हैं वो इस तरह का बंदा सी। वो एक इस तरह की आवाज़ सी जिहड़ी सिर्फ लताड़े हुए लोगों की जिहड़ियां हज़ारां सदियां तो इत्थे जो कुछ हो रहा सी उहदी आवाज़ बन के आया सी। वो बहुत वड्डा कवि सी ते वड्डा कवि रहूगा। क्या बात है। ਤੁਸੀਂ ਕਿੰਨਾ ਸਮਾਂ ਉਹਨਾਂ ਨਾਲ ਬਿਤਾਇਆ? ਕਿੰਨੀਆਂ ਕੁ ਸਟੇਜਾਂ ਤੁਸੀਂ ਉਹਨਾਂ ਨਾਲ ਸਾਂਝੀਆਂ ਕੀਤੀਆਂ? ਉਹਨਾਂ ਦੇ ਨਾਲ ਜਦੋਂ 1982 ਦੇ ਵਿੱਚ ਜਿਹੜੇ ਪੰਜਾਬ ਦੇ ਹਾਲਾਤ ਖਰਾਬ ਹੋਣੇ ਸ਼ੁਰੂ ਹੋਏ ਸੀ ਹਜੇ ਜਿਵੇਂ ਖਰਾਬ ਹੋਏ ਸੀ ਬਾਹਰੀ ਤੌਰ 'ਤੇ ਹਜੇ ਇੰਨੀ ਮਾਰ ਧਾੜ ਨਹੀਂ ਸ਼ੁਰੂ ਹੋਈ ਸੀ। ਖਾੜਕੂ ਬਾਦ ਦੇ ਜਿਹੜੇ ਬੀਜ ਸੀਗੇ ਉਹ ਬੀਜੇ ਜਾ ਚੁੱਕੇ ਸੀ। ਉਹਨਾਂ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਸੀ ਜਿਹੜੀ ਉਹ ਵੱਖ ਵੱਖ ਸ਼ਹਿਰਾਂ ਦੇ ਵਿੱਚ ਕਵੀ ਦਰਬਾਰ ਕਰਵਾ ਰਹੀ ਸੀ। ਅਮਨ ਨਾਲ ਸੰਬੰਧ ਵੀ ਸ਼ਾਂਤੀ ਰੱਖੋ ਆਪਸੀ ਭਾਈਚਾਰਕ ਸਾਂਝ ਰੱਖੋ ਜਿਹੜੇ ਦਫੇੜਾਂ ਪਾਉਣ ਵਾਲੇ ਲੋਕ ਹਨ ਤੋਂ ਸੁਚੇਤ ਰਹੋ। ਉਹਦੇ ਤਹਿਤ ਜਿਹੜੇ ਉਦਾਸੀ ਜੀ ਨੂੰ ਵੱਖ ਵੱਖ ਥਾਵਾਂ 'ਤੇ ਬੁਲਾਇਆ ਜਾਂਦਾ ਸੀਗਾ ਉਹਨਾਂ ਕਵੀਆਂ ਦੇ ਗਰੁੱਪ 'ਚ ਮੈਂ ਵੀ ਸੀ। ਇੱਕ ਨਛੱਤਰ ਸਿੰਘ ਛਾਦ ਹੁੰਦੇ ਸੀ DPRO ਸਾਡੇ। ਠੀਕ ਹੈ। ਉਹ ਅਨੇਕਾਂ ਥਾਵਾਂ 'ਤੇ ਬਦਲ ਕੇ ਜਿੱਥੇ ਹੀ ਬਦਲ ਕੇ ਜਾਂਦੇ ਉੱਥੇ ਹੀ ਜਾ ਕੇ ਪਹਿਲਾ ਕੰਮ ਉਹਦਾ ਕਵੀ ਦਰਬਾਰ ਦਾ ਹੁੰਦਾ ਸੀਗਾ। ਉਦਾਸੀ ਜੀ ਤੋਂ ਗੱਲ ਸ਼ੁਰੂ ਹੁੰਦੀ ਸੀ ਉਹਨਾਂ 'ਤੇ ਹੀ ਗੱਲ ਖਤਮ ਹੁੰਦੀ ਸੀ। ਉਦਾਸੀ ਜੀ ਬਹੁਤ ਇੱਕ ਤਰ੍ਹਾਂ ਜਿਹੜੇ ਮਸ਼ਹਿਰੇ ਹੁੰਦੇ ਉਹ ਜ਼ਿਆਦਾਤਰ ਰਾਤ ਨੂੰ ਹੁੰਦੇ ਸੀ ਉਹ ਹੁਣ ਵਾਂਗ ਦਿਨ ਵਾਂਗ ਨਹੀਂ ਮਸ਼ਹਿਰੇ ਲੋਕ ਸ਼ਾਮਿਲ ਹੁੰਦੇ ਸੀ। ਅੱਛਾ ਜੀ। ਉਹਦੇ ਵਿੱਚ ਇਹ ਵੱਖਰੀ ਗੱਲ ਹੈ ਕਿ ਉਦੋਂ ਉਜਰਤਾਂ ਕੁਛ ਨਹੀਂ ਸੀ ਹੁੰਦੀਆਂ। ਅੱਛਾ ਜੀ। ਉਜਰਤਾਂ ਤਾਂ ਤਕਰੀਬਨ 100 ਰੁਪਇਆ ਸਟੇਜ ਦਾ ਕਵੀ ਨੂੰ ਸਾਨੂੰ ਮਿਲਦਾ ਸੀਗਾ। ਆਉਣ ਜਾਣ ਦੇ 3 ਕਿਰਾਏ ਮਿਲਦੇ ਹੁੰਦੇ ਕਿਰਾਇਆ ਖਾਣ ਵਾਸਤੇ। ਹਾਂ ਉਹਨਾਂ ਦੀ ਜਿਹੜੀ ਇੱਕ ਵੱਡੀ ਗੱਲ ਇਹ ਸੀ ਵੀ ਉਹ ਜਿਵੇਂ ਹੋਰ ਕਵੀ ਸਾਡੇ ਆਉਂਦੇ ਸੀਗੇ ਉਹ ਉਸੇ ਤਰ੍ਹਾਂ ਆਖੇ ਮੁਤਾਬਕ ਕਵਿਤਾਵਾਂ ਲਿਖਦੇ ਸੀਗੇ। ਇਹਨਾਂ ਦੇ ਗੀਤ ਉਹੀ ਵੱਖਰੀਆਂ ਸਟੇਜਾਂ 'ਤੇ ਰਹਿੰਦੇ ਸੀ ਉਹੀ ਨਾਟਕਾਂ 'ਤੇ ਰਹਿੰਦਾ ਸੀ ਉਹੀ ਜੇ ਕਿਤੇ ਕੋਈ ਧਰਨਾ ਲੱਗਦਾ ਉੱਥੇ ਰਹਿੰਦਾ ਸੀ ਉਹੀ ਜੇ ਕੋਈ ਵੱਡੇ ਪ੍ਰੋ ਜਿੱਥੇ ਮਰਜ਼ੀ ਬੁਲਾਇਆ ਜਾਂਦਾ ਸਹਿ ਸਭਾਵਾਂ 'ਚ ਉਹਨਾਂ ਦੇ ਗੀਤ ਨਹੀਂ ਸੀ ਬਦਲਦੇ। ਬਿਲਕੁਲ। ਉਹ ਸਮੇਂ ਅਨੁਸਾਰ ਢਲਣ ਵਾਲੇ ਲੋਕ ਨਹੀਂ ਸੀ ਉਹ ਸਮੇਂ ਨੂੰ ਆਪਦੇ ਮੁਤਾਬਕ ਢਾਲਦੇ ਸੀਗੇ। ਇਸ ਗੱਲੋਂ ਮਤਲਬ ਉਹਨਾਂ ਦੀ ਮੇਰੇ ਮਨ ਦੇ ਵਿੱਚ ਬਹੁਤ ਵੱਡਾ ਉਹਨਾਂ ਦਾ ਥਾਂ ਸੀ। ਬਾਕੀ ਮੈਂ ਜਿਵੇਂ ਉਹਨਾਂ ਦੀ ਕਦਰ ਦੇਖਦਾ ਸੀਗਾ ਹੋਰਾਂ ਥਾਵਾਂ 'ਤੇ ਜਾ ਕੇ ਉਦਾਸੀ ਨੂੰ ਲੋਕ ਪਹਿਲਾਂ ਹੀ ਜਾਣਦੇ ਸੀ। ਇੱਕ ਤਾਂ ਇਹ ਕਿਹੜੀ ਗੱਲ ਬਣਦੀ ਹੈ ਉਹਨਾਂ ਦਿਨਾਂ ਦੇ ਵਿੱਚ ਹੋਰ ਜਿਹੜੀਆਂ ਪਾਰਟੀਆਂ ਸਾਡੇ ਅਗਾਂਹ ਬੰਧੂ ਸੀ ਉਹਨਾਂ ਦੇ ਵੀ ਕੁਛ ਕਵੀ ਸੀ। ਉਹ ਕਵੀ ਸਥਾਨਕ ਸੀ ਬੜੇ ਸੁਣੇ ਜਾਂਦੇ ਸੀ ਸਤਿਕਾਰੇ ਹੋ ਵੀ ਜਾਂਦੇ ਸੀ। ਮਤਲਬ ਜੇ ਕੋਈ ਵੀ ਉਸ ਵੇਲੇ 20ਵੀਂ ਸਦੀ ਦੇ ਵਿੱਚ ਇੱਧਰਲੇ ਆਪਣੇ ਪੰਜਾਬ ਦੇ ਵਿੱਚ ਪਾਕਿਸਤਾਨ 'ਚ ਵੀ ਲੋਕ ਉਹਨੂੰ ਸੁਣਨ ਵਾਲੇ ਸੀ ਵਿਦੇਸ਼ਾਂ ਦੇ ਵਿੱਚ ਭਾਵੇਂ ਉਦੋਂ ਬਹੁਤ ਥੋੜ੍ਹੇ ਲੋਕ ਗਏ ਹੋਏ ਸੀ ਉਹਨਾਂ ਦੀ ਮਾਨਤਾ ਮਤਲਬ ਜਿੱਥੇ ਕਿਤੇ ਪੰਜਾਬੀ ਹੁੰਦੇ ਸੀ ਉਹਨਾਂ ਦੀ ਮਾਨਤਾ ਉਹਨਾਂ ਦੀ ਆਪਣੇ ਆਪ ਪੈਦਾ ਹੋ ਜਾਂਦੀ। ਕੀ ਬਾਤ। ਹਾਂਜੀ। ਲੋਕ ਮੁੱਦਿਆਂ ਦੀਆਂ ਉਹਨਾਂ ਨੇ ਰਚਨਾਵਾਂ ਲਿਖੀਆਂ ਬਹੁਤ ਜ਼ਿਆਦਾ ਸੰਘਰਸ਼ ਦੀਆਂ ਰਚਨਾਵਾਂ ਨੇ ਪ੍ਰਤੀਬੱਧਤਾ ਕਿੰਨਾ ਕੁ ਸੀ ਲੋਕਾਂ ਨਾਲ ਕਿੰਨੀ? ਉਹਨਾਂ ਦੀ ਪ੍ਰਤੀਬੱਧਤਾ ਇੰਨੀ ਪੱਕੀ ਸੀ ਉਹਨਾਂ ਦੀ ਸੋਚ ਜਿਹੜੀ ਸੀ ਇੱਕ ਵੀ ਆਪਦੇ ਲੋਕਾਂ ਨਾਲ ਆਲੇ ਦੁਆਲੇ ਨਾਲ ਇੰਨੀ ਵਿਸ਼ਾਲ ਸੀ ਕਿ ਮੈਂ ਤੁਹਾਨੂੰ ਉਹਦੀ ਇੱਕ ਉਦਾਹਰਨ ਪੇਸ਼ ਕਰ ਸਕਦਾ। ਹਾਂਜੀ। ਉਹਦੇ ਵਿੱਚੋਂ ਤੁਹਾਨੂੰ ਆਪਣੇ ਆਪ ਪਤਾ ਲੱਗੂਗਾ ਵੀ ਉਹਨਾਂ ਦੀ ਆਤਮਾ ਆਪਦੇ ਲੋਕਾਂ ਨਾਲ ਕਿੰਨੀ ਜੋੜੀ ਹੋਈ ਸੀ। ਬਿਲਕੁਲ ਜੀ। ਇੱਕ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ ਸ਼ਾਮ ਨੂੰ ਸੁਣਨ ਵਾਲੇ ਲੋਕਾਂ ਦੀ ਗਿਣਤੀ ਬਹੁਤ ਸੀ। ਅੱਛਾ ਜੀ। ਅਕਸਰ ਉਹ ਸਾਈਕਲ 'ਤੇ ਬਨਾਲੇ ਜਾਂਦੇ ਹੁੰਦੇ ਸੀ ਆਪਣੇ ਬਡੋ ਰਾਏ ਸਰ 'ਤੇ ਵੀ ਉਹਨੂੰ ਵੀ ਪਤਾ ਹੁੰਦਾ ਸੀ ਲੋਕਾਂ ਨੂੰ ਵੀ ਉਦਾਸੀ ਹੁਣ ਜਿਹੜਾ ਬਨਾਲੇ ਨੂੰ ਚੱਲਿਆ ਗਿਆ ਆਉਂਦਾ ਹੋਇਆ ਕਿੰਨੇ ਵਜੇ ਆਊਗਾ। ਅੱਧੇ ਵਾਰ ਮਤਲਬ ਇਹ ਵੀ ਹੁੰਦਾ ਸੀ ਕਿ ਉਹ ਨਿਸ਼ਚਿਤ ਹੀ ਕਰ ਲੈਂਦੇ ਸੀ ਕਿ ਸ਼ਾਮ ਨੂੰ ਆਇਓ। ਅੱਛਾ ਜੀ। ਵੀ ਉਹਨਾਂ ਨੂੰ ਕਦੇ ਕਿਸੇ ਮੋਟਰ 'ਤੇ ਕਦੇ ਕਿਸੇ ਮੋਟਰ 'ਤੇ। ਠੀਕ ਹੈ। ਇਸ ਤਰ੍ਹਾਂ ਠੀਕਰੀ ਵਾਲ ਪਿੰਡ ਜਿਹੜਾ ਉਹਨਾਂ ਦੇ ਪਿੰਡ ਦੇ ਵਿਚਾਲੇ ਪੈਂਦਾ ਸੀ ਬਰਨਾਲੇ ਅਤੇ ਮਤਲਬ ਰੈਸਰ ਦੇ ਵਿਚਾਲੇ ਪੈਂਦਾ ਸੀ। ਉੱਥੋਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਉਡੀਕਦੇ ਹੁੰਦੇ ਸੀ ਵੀ ਆਉਣ ਨੇ। ਇੱਕ ਵਾਰ ਇੱਕ ਮੋਟਰ 'ਤੇ ਬੈਠੇ ਸੀਗੇ ਵੀ ਅੱਗੇ ਸਮਾਨ ਲੋਕ ਝੋਲਾਂ 'ਚ ਲਿਆਉਂਦੇ ਹੁੰਦੇ ਸੀ ਹੁਣ ਵਾਂਗ ਜਿਵੇਂ ਪੈਕਟ ਨਹੀਂ ਸੀ ਆਉਂਦੇ ਉਹਨਾਂ ਦੇ ਸਾਰੇ ਵੀ ਸੀ ਵੀ ਇੱਕ ਝੋਲਾ ਜਿਹੜਾ ਉਹਨਾਂ ਕੋਲ ਸੀਗਾ
उस घर का समान सी। अच्छा हाँ जी, वो समान जदों भी उत्थे रखता भी वो 9-10 बजे तक गाँवते रहे, वो समान कुदरती तौर पर उत्थे रह गया। अच्छा जी, उस मोटर से रह गया, वो मोटर से रह गया, इन्हें तो कोई याद ना रहा। उत्थे रैसर पिंड का जिहड़ा सीरी सीगा वो ठीकरी वाल दे उस किसान नाल रलिया होया सी भी जिथे इन्हों का प्रोग्राम गाउण बजाउण का बनया हुआ सीगा। ठीक है, उन्हें कहा भी वो पिछों आया सी, तुर के आना सी उन्हें। ठीक है जी, उन्हें कहा भी मैं तड़के समान जिहड़ा घर मैं जाके फड़ा दूंगा, दासी साहब के घर देऊंगा, नाल ही कोले घर सीगा जी। वो जदों तड़के हजे उठा नहीं सी, रात का थकिया थुकया सी, उदी जनानी ने मतलब जिहड़ा समान सी सारा वो डब्बियां च पाता। अच्छा जी, अड्डो अड्ड जिवें सामदे हुंदे आ, मतलब कोई नून दानी होर वगैरह वगैरह सारा सामदे हुंदे, उन्हें पाता। उदासी तो जो तड़के समान मंगिया जी, वो कहिंदा भी मैं रात मोटर ते भुलिया सी, शायद वो जिहड़ा सीरी उत्थे कोले बैठा जी अपने पिंड वाला भी उहदे घरे मतलब भी वह समान लिया होगा, तो मैं झोला चक लिया। हाँ जी, वो जदों जाके उन्हें समान मंगया भी वो घर वाली कहिंदी जी मैं भांडा च पाता, मैं हुणे कढ के दिंदी आ। हाँ जी, उत्थे फिर उदासी कहिंदे भी उन्हें रोकया भी नहीं भी भांडा चुन कढ़ना। हाँ जी, ये जिहे जिहा थोड़ा घर उहे जिहा मेरा। क्या बात, हालांकि उहदी कदे आर्थिक हालत जिहड़ी उदासी दी सी वो चंगी नहीं सी, उदों तनखावां बहुत घट हुंदियां, हुण वांग हज़ारां च नहीं सी हुंदियां। ठीक है, उदों तां समझो भी उहनां दे जीवन ते इहो जिहा कपड़ा लिया होया सी भी जे सिर ढकदे सी तां लत्तां नंगियां हुंदियां सी, लत्तां भी सी भी उतना सिर ढकदे सी, मतलब पूरी सूरा जीवन मसा हुंदा सी। बिल्कुल इस तरह का, इत्थों पता लगता कि उहनां दी आत्मक तौर पर उहनां नूं आपदा ते बेगाना बहुता नहीं सी लगदा। वक्खरी गल है कि बंदा घर बन्नी भी देखदा। हाँ, अगली जी मैं गल कहनी चाहना कि उन्हें उन्होंने लोगों के गीत लिखे जिन्होंने वाकई अंदरों प्यार करता सी। क्या बात है, हाँ, अंदरों उन्हों जुड़िया हुआ सी, इस करके जेडे उन्होंने अमर गीत लिखे मगधा रही में सूरजा कमियां दे वेड़े, ये गीत उदों भी नवा सी, आने वाली सदियों में नवा सी। इस गीत को इन्ने लोगों दी उम्र लग गई सुन वाले दी जिवें उम्र लग नहीं जाती, मेरी उम्र तैनू लग जाए। इस गीत को इन्नी उम्र लगी हुई है कि इस गीत का जिहड़ा ताज़ापन है वो ताजे फुल वर्गा जिहड़ा हुण भी है तो आने वाली सदियों च भी रहूगा। कुछ बहुत गीत होर ने उन्होंने, बिल्कुल वो मरन वाले ने गीत, हाँ उन्होंने लोगों के जीवन के दुखों के गीत ने, जदों तक ये धरती दुख रहेंगे उ तक मेरा ख्याल है उदासी जिहड़े अमर गीत है उस तरह रहेंगे। बहुत वड्डी गल, तुहानूं तां तुसीं समझदे हो भी जिन्नियां वड्डियां उन्होंने रचनावां लिखियां उन्ना उन्होंने मान सम्मान मिले, उन्होंने मान सम्मान। देखो एक तो यह गल है कि मान सम्मान दे पिछे भजन वाले बंदे नहीं। ठीक है जी, इत्थे देखो जिहड़े मान सम्मान दे सोमे है वह सरकारी तौर पर ही है। ठीक है, सरकारी तौर पर अकैडमिक जिवें यूनिवर्सिटी है उहदे विच रचनावां लिखियां जांदियां, उहदे विच उन्हां बारे परचे पढ़ाए जाते हैं भी वह प्रोजैक्ट किया जाता किसी लेख को, वो मतलब उदासी इन गलों पैन वाला नहीं सी बंदा, वो गीत लिखता सी लोग सुनते सी, उहदे विचाले कोई चीज़ नहीं सी आउंदी। ठीक है, है उहदे विचाले कोई चीज़ नहीं सी आउंदी भी उन्हां दा सी भी मैं गीत लिखा लोग जिहड़े गीत सुनन, उस तो बाद इनाम भी सरकारां देने हुंदे आ। हुण जिहड़े बंदे नूं पुलिस ने फड़ फड़ के कुटिया होवे उहदे ते इस तरह के इल्जाम लगे हुण भी इस सिस्टम नूं खराब करदा है, इस सिस्टम नूं भड़काउंदा है, इहदी आवाज़ बंद करो भी उहनूं तां सरकार जिहड़े सन्मान दिंदी नहीं। बिल्कुल, हाँ इस करके उन्होंने कोई ताना बाणा भी बुनिया, वो लोड़ भी महसूस नहीं करते कि मैं सम्मान मिले और मिले, उन्होंने सिर्फ लोगों ना वास्ता ही लोगों का कवि सी लोग सुनते सी। हाँ ये विचाले सुभावान वाले जोड़े बंदे से वो कुछ पैसे कट्ठे करके दे भी देंगे सी, भी औकड़ वेले भी परिवार की मदद करते सी, भी जदों वो जेल च होंगे सके रोटी पानी खर्चा जो वो प्रशंसक उन्होंने प्यार करने वाले जोड़े लोग से ही चलाते सी, हाँ वो संघर्षा रहा भी इतों तक कि उन्होंने मतलब इस तरह भी कुटा जाता जिमें मेरा ख्याल के बैलियां ब्लैकियां भी नहीं कुटा जाता सिर्फ रचना लिए। हाँ, सिर्फ इस करके कि होर तक कोई दोष नहीं। हाँ हूँ लड्डे ये हालत सी भी उन्होंने तो जदों लड्डा कोठी के कुटिया गया उन्होंने तो खड़ा नहीं हो जाता। अच्छा जी, है हाँ उठा नहीं सी जाता, है उंज पर जिमें कोई हीरा हुंदा हीरे की कदर पाने वाले लोग भी हुंदे लोग भी तेजा सिंह सुतंत्र इतों कांग्रेस के CPI के सांझे उम्मीदवार MP जिते हुए सके उन्हें फिर बिच पै के कहा भी इनू मार के की करोगे तुम, है ये तो गीत तो मरने नहीं जाता गीत मारो ये। क्या बात है, ये गल खोजा के भी जाता ये गीत मारो, जो गीत नहीं मारने फिर ये शरीर को मार के की करोगे। क्या बात है, इन्हें जो कुछ लिखता लिखता है इन्हें ही बहुत है। इतों तक भी कहा कि उन्हें मतलब एंटी पार्टी जबकि नक्सलैट जोड़े मुंडे से उन्होंने जोड़े CPI के बंदे से विचारधारक मतभेद से वो भी आपके पद्धर से सोचते भी जिमें इनकलाब ये मुंडे लिया रहे हैं ये इनकलाब आना नहीं है, इन्हों की गिनती बहुत घट है जज्बाती तौर पर मतलब लोग लगे हुए भी हण लगे हुए भी ये फेल होगा समझे सी। अच्छा, ये बावजूद भी वह कद बुत इन्ना सगा कि तेजा सिंह तंत्र ने कहा भी नहीं उदासी नूं नहीं मारा जाना चाहिए। क्या बात है, उन्हें यह भी कहा सी भी हुण जे तुसीं इहनूं होर रख्या
भी मैं जी आवाज़ जी पार्लीमेंट के उठाऊंगा। क्या बात। हाँ जी चौहान साहब, इन्ने तशद्दुद दा सिर्फ कारण तो सिर्फ रचना सी कि लोक मुद्दों की गल कर उहदी रचना सी, लोक मुद्दे जिहड़े हैगे लोक मुद्दे ही सी उहदे कोल, लोक मुद्दियां करके ही उह कवि सी। अच्छा। हाँ हुण जे कोई कवि नूं कह दे भी तूं लिखणा छड्ड दे भी जीवन लै ला, उहने जीवन तों की करवाउणा। क्या बात। हाँ उहनूं जीवन की लोड़ नहीं हुंदी, फालतू जीवन है, बेकार जीवन है वो। हाँ उहने कोई आपदी जान नूं लुकोया भी है नहीं, वह खुला विचरदा सी। हाँ भी उहदी यारां मित्रां दा घेरा मैं करां इन्ना सी भी जां तां इत्थे शिव कुमार बटालवी नूं सुणन वाले लोग सी। अच्छा जी। उदों बाद जां उदासी नूं सुणन वाले लोग सी। हाँ उहनां नूं डीकदे हुंदे कदे साडे आओ आओ बैठो होर। उहनां दी मानता मैं तुहानूं दस्सदा, मेरे एक होर गल याद आ गई। उह इह सीगे साडे इक उत्थे मतलब डॉक्टर है। हाँ जी। हाँ उहदा मतलब उहदे कोल आउणी जाणी सीगी, उह जागर सिंह मान डंगे डॉक्टर लगे हुए ने। अच्छा जी। ਉਹ ਜਦੋਂ ਇੱਕ ਵਾਰੀ ਉਹਨਾਂ ਦੇ ਘਰੇ ਗਏ ਉਹ ਵੀ ਨਹੀਂ ਸੀਗਾ ਅਤੇ ਉਹ ਗਾਉਣ ਲੱਗ ਗਏ ਜਦੋਂ ਮਤਲਬ ਮਹਿਫਲ ਲੱਗੀ ਹੋਈ ਸੀ, ਉਹ ਆਲੇ ਦੁਆਲੇ ਦੇ ਲੋਕ ਹੀ ਇਕੱਠੇ ਹੋ ਗਏ ਜੀ ਉੱਥੇ। ਅੱਛਾ ਜੀ। ਆਲੇ ਦੁਆਲੇ ਦੇ ਲੋਕ ਸੁਣਨ ਲੱਗ ਗਏ, ਇਹ ਗਾਈ ਗਏ ਉਹ ਸੁਣੀ ਗਏ। ਉਦੋਂ ਵੱਡੀ ਉਦਾਹਰਨ ਜਿਹੜੀ ਵੀ ਹੋ ਸਕਦੀ ਹੈ, ਸੀ ਮਾਰਕੰਡਾ ਨਾਲ ਦੋਸਤੀ ਸੀ। ਹਾਂਜੀ। ਉਹ ਤਪਾ ਮੰਡੀ ਰਹਿੰਦੇ ਸੀਗੇ। ਹਾਂਜੀ। ਇਹ ਰੈਸਰ ਸੀ। ਅੱਛਾ ਜੀ। ਬਰਨਾਲਿਓਂ ਬੱਸ ਚੜ੍ਹ ਕੇ ਕਦੇ ਕਦੇ ਮਿਲਣ ਵਾਸਤੇ ਚਲੇ ਜਾਂਦੇ ਵੀ, ਉਦੋਂ ਹਜੇ ਮੈਂ ਦੁਕਾਨ ਕੀਤੀ ਸੀਗੀ ਵੀ ਅਤੇ ਮਤਲਬ ਘਰੇ ਗਏ ਉਹ। ਹਾਂਜੀ। ਉਹਨਾਂ ਨੂੰ ਕਿਹਾ ਵੀ ਬੂਟਾ ਸਿੰਘ ਚੌਹਾਨ ਕੋਲ ਹੋਣਗੇ। ਹਾਂਜੀ। ਉਹਨੇ ਪੱਤਰਕਾਰ ਮਾਰਕੰਡਾ ਬਣ ਚੁੱਕਿਆ ਸੀ ਉਹਨਾਂ ਦਿਨਾਂ ਦੇ ਵਿੱਚ, ਵੀ ਉਹਦੀਆਂ ਜਿਹੜੀਆਂ ਖਬਰਾਂ ਖੁਰਾਂ ਲੋਕ ਮੇਰੇ ਕੋਲ ਫੜਾ ਜਾਂਦੇ ਅਤੇ ਮੈਥੋਂ ਵੀ ਅਕਸਰ ਮੇਰੇ ਕੋਲ ਵਾਧੂ ਟਾਈਮ ਸੀ ਜਿਹੜਾ ਉਹ ਲਾ ਕੇ ਮਾਰਕੰਡਾ ਸਾਹਿਬ ਲਾਉਂਦੇ ਹੁੰਦੇ। ਠੀਕ ਹੈ। ਉਸ ਦਿਨ ਉਹ ਨਹੀਂ ਸੀ ਮੇਰੇ ਕੋਲ। ਅੱਛਾ। ਉਦਾਸੀ ਆਇਆ ਅਤੇ ਉਦਾਸੀ ਨੂੰ ਮਤਲਬ ਮੈਂ ਕਿਹਾ ਵੀ ਇੱਥੇ ਇੱਕ ਛੈਣੇ ਵਾਲੇ ਦੀ ਕੱਪੜੇ ਦੀ ਦੁਕਾਨ ਹੈ, ਉੱਥੇ ਡਰਾਇੰਗ ਟੀਚਰ ਜਿਹੜਾ ਹੈਗਾ ਵੀ ਉਹਨਾਂ ਦੇ ਨਾਲ ਲੱਗਿਆ ਹੋਇਆ, ਉਹ ਉਹਨਾਂ ਦੀ ਹਿੱਸੇਦਾਰੀ ਵਾਲੀ ਦੁਕਾਨ ਹੈ, ਸ਼ਾਇਦ ਉੱਥੇ ਹੋਣ ਅਤੇ ਮੈਂ ਸਮਝਾਤਾ। ਉੱਥੇ ਚਲੇ ਗਏ ਉਹ। ਉੱਥੇ ਜਾ ਕੇ ਜੀ ਵੀ ਉਹਦਾ ਦੁਕਾਨਦਾਰ ਸੀਗਾ, ਉਹ ਦੋਵੇਂ ਹੱਥ ਜੋੜ ਕੇ ਮਤਲਬ ਗੱਦੀ ਤੋਂ ਖੜ੍ਹਾ ਹੋ ਗਿਆ, ਆਦਰ ਨਾਲ ਆਪਦੇ ਬਰਾਬਰ ਉਹਾਇਆ। ਉਹਨਾਂ ਨੂੰ ਫਿਰ ਉਹ ਕਹਿਣ ਲੱਗਿਆ ਵੀ ਉਹ ਕਹਿੰਦਾ ਸਾਡੇ ਹਰਬੰਸ ਲਾਲ ਗੋਇਲ ਅਤੇ ਹੈੱਡ ਮਾਸਟਰ ਨੇ ਉਹਨਾਂ ਦੀ ਲੜਕੀ ਦਾ ਵਿਆਹ ਸੀ, ਤੁਸੀਂ ਵੀ ਉਹਦੇ ਵਿੱਚ ਇੱਕ ਸਿੱਖਿਆ ਗਾਈ ਸੀ। ਅੱਛਾ। ਉਹ ਸਿੱਖਿਆ ਮੇਰੇ ਹੁਣ ਤੱਕ ਯਾਦ ਆਈ, ਮੇਰੀ ਹੱਥ ਬੰਨ ਕੇ ਬੇਨਤੀ ਹੈ ਚਾਹ ਪਾਣੀ ਪੀਓ ਮੈਨੂੰ ਸਿੱਖਿਆ ਸੁਣਾ। ਕਿਆ ਬਾਤ। ਅੱਜ ਤੱਕ ਮੇਰੇ ਕੰਨਾਂ 'ਚ ਵੀ ਉਹ ਸਿੱਖਿਆ ਗੂੰਜਦੀ ਹੈ। ਉਦਾਸੀ ਸਾਹਿਬ ਕਹਿਣ ਲੱਗੇ, ਉਹ ਕਹਿੰਦੇ ਫਿਰ ਉਹ ਇੱਥੇ ਤਾਂ ਗੱਦੀ 'ਤੇ ਤਾਂ ਮੈਂ ਸੁਣਨ ਦਾ ਬੁਰਾ ਲੱਗੂੰਗਾ। ਅੱਛਾ ਜੀ। ਵੀ ਅੰਦਰ ਕਹਿਣਗੇ ਲੋਕ ਗਾਈ ਜਾਂਦੇ, ਚਲੋ ਆਪਾਂ ਬਾਹਰ ਹੀ ਚੱਲਦੇ ਹਾਂ। ਉਹ ਥੜਾ 3 ਕੁ ਫੁੱਟ ਉੱਚਾ ਸੀਗਾ ਜਿਹੜੀ ਦੁਕਾਨ ਦੇ ਦਿਆ, ਜਿੱਥੇ ਉੱਥੇ ਜਾ ਕੇ ਉਦਾਸੀ ਗਾਉਣ ਲੱਗ ਗਿਆ। ਉੱਥੇ ਜਿਹੜੇ ਲੋਕ ਸੀ ਸੁਣਦੇ ਆਉਂਦੇ ਸਾਰੇ ਦੁਕਾਨਦਾਰ ਉੱਥੋਂ ਆ ਗਏ। ਉਹ ਦੁਕਾਨਦਾਰਾਂ ਨਾਤੇ ਮਤਲਬ ਕਾਫੀ ਜਿਵੇਂ ਕੋਈ ਧਰਨਾ ਲੱਗਿਆ ਹੁੰਦਾ ਜਾਂ ਹੋਰ ਵੀ ਲੋਕ ਇਕੱਠੇ ਹੋ ਗਏ। ਬਿਲਕੁਲ। ਹਾਂ ਅਤੇ 1-2 ਗੀਤ ਗਾਏ ਉਹਨਾਂ ਨੇ। ਉਹਨਾਂ ਨੂੰ ਲੋਕਾਂ ਨੇ ਇੰਨੇ ਪੈਸੇ ਕੱਢ ਕੇ ਦੇ ਤੇ ਕਿ ਮੇਰਾ ਖਿਆਲ ਹੈ ਵੀ ਉਹਨਾਂ ਦਿਨਾਂ ਦੇ ਵਿੱਚ 1 ਬਿਸਵਾ ਜਗ੍ਹਾ ਦਾ ਆ ਜਾਂਦਾ। ਅੱਛਾ ਜੀ। ਕਿਆ ਬਾਤ। ਹਾਂ ਇੰਨੀ ਮਾਨਤਾ ਸੀ ਉਹਨਾਂ ਦੀ। ਮਾਨਤਾ ਦਾ ਇੱਥੋਂ ਪਤਾ ਲੱਗਦਾ ਵੀ ਜਦੋਂ ਕਿਤੇ ਉਹ ਕਿਤੇ ਵੀ ਜਾਂਦੇ ਸੀਗੇ ਉਹਨੂੰ ਵੇਖ ਕੇ 5-4 ਬੰਦੇ ਤਾਂ ਵੈਸੇ ਹੀ ਆ ਜਾਂਦੇ ਸੀ। ਕਿਆ ਬਾਤ। ਇੱਥੇ ਨੇੜੇ ਤੇੜੇ ਨਹੀਂ, ਦੂਰ ਦੂਰ ਵੀ ਲੋਕ ਆ ਜਾਂਦੇ ਸੀ। ਕਿਉਂ ਸਰ ਇੰਨੀਆਂ ਵੱਡੀਆਂ ਰਚਨਾਵਾਂ, ਇਹਨਾਂ ਲੋਕਾਂ ਦਾ ਜਿਹੜਾ ਦੁੱਖ ਦਰਦ ਉਹ ਬਿਆਨ ਕਰਨਾ ਔਰ ਫਿਰ ਵੀ ਇੰਨੀ ਜਿਵੇਂ ਮਾਨਤਾ ਹਾਸਲ ਕਰ ਲੈਣੀ, ਕਿਸ ਤਰ੍ਹਾਂ ਦੇ ਜੀਵਨ ਉਹਨਾਂ ਨੇ ਹੰਢਾਇਆ? ਉਹ ਬੜਾ ਸਾਦਾ ਬੰਦਾ ਸੀ। ਅੱਛਾ। ਉਹ ਬੜਾ ਸਾਦਾ ਬੰਦਾ ਸੀ, ਮਿੱਤਰਾਂ ਯਾਰਾਂ ਦੇ ਘਰ ਸਕੂਲ 'ਚ ਡਿਊਟੀ ਕਰਕੇ ਅਕਸਰ ਉਹ ਆਪਦੇ ਘਰ ਨਹੀਂ ਜਾਂਦੇ ਸੀਗੇ। ਉਹਦਾ ਕਿਤੇ ਨਾ ਕਿਤੇ ਯਾਰ ਮਿੱਤਰ ਸੰਪੂਰਨ ਟੱਲੇ ਵਾਲੀਆ ਹੋ ਗਿਆ ਕਿ ਜਾਂ ਕੋਈ ਸਿੱਖੇ ਤੋਂ ਕੁਛ ਮਿੱਤਰ ਹੋ ਗਏ। ਮਿੱਤਰਾਂ ਦੀ ਗਿਣਤੀ ਮੈਂ ਉਸਨੂੰ ਪਹਿਲਾਂ ਹੀ ਦੱਸ ਚੁੱਕਾ ਕਿ ਬਹੁਤ ਸੀ ਉਹਨਾਂ ਦੀ। ਅੱਛਾ ਜੀ। ਇੰਨੀ ਗਿਣਤੀ ਸੀ, ਜੇ 1 ਰਾਤ ਵੀ ਘਰੇ ਨਾ ਕੱਢਦੇ ਮਿੱਤਰ ਤਾਂ ਫਿਰ ਵੀ ਸਾਲ ਭਰ ਤਾਂ ਵੀ ਨਹੀਂ ਸੀ ਮੁੱਕਦੇ। ਅੱਛਾ ਜੀ। ਹਾਂ ਇੱਕ ਦਿਨ 'ਚ 3-3 ਕੋਲ ਜਾਈ ਜਾਂਦਾ ਤਾਂ ਵੀ ਨਹੀਂ ਸੀ ਮੁੱਕਣੇ। ਕਿਆ ਬਾਤ। ਉਹਨਾਂ ਦੀ ਆਵਾਜ਼ ਦਾ ਇੱਕ ਐਸਾ ਜਾਦੂ ਸੀ ਵੀ ਉਹਨਾਂ ਨੂੰ ਜਿਹੜੇ ਸਿੱਖ ਤਰ੍ਹਾਂ ਦੇ ਲੋਕ ਸੀਗੇ ਵੀ ਉਹਨਾਂ ਦੀ ਮਤਲਬ ਵਿਚਾਰਧਾਰਾ ਟਕਰਾਓ ਸੀ, ਉਹ ਵੀ ਉਹਨਾਂ ਦੇ ਪ੍ਰਸ਼ੰਸਕ ਸੀ, ਅੰਮ੍ਰਿਤ ਛੱਕੇ ਹੋਏ ਬੰਦੇ। ਇੱਥੋਂ ਆ ਕੇ ਗੁਰਦੁਆਰਾ ਮਤਲਬ ਕਮੇਟੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਉਹ ਭਾਵੇਂ ਧਾਰਮਿਕ ਫਰਜ਼ ਨਿਭਾਉਂਦੀਆਂ ਪਰ ਇਹਨਾਂ ਦੀ ਆਵਾਜ਼ ਦੇ ਕਾਇਲ ਸੀ ਉਹ। ਕਿਆ ਬਾਤ। ਹਾਂ ਅਨੇਕਾਂ ਤਾਂ ਗੁਰਦੁਆਰਿਆਂ 'ਚ ਹੀ ਬੁਲਾ ਲੈਂਦੇ ਇਸ ਨੂੰ ਗਾਉਣ ਵਾਸਤੇ। ਕਿਆ ਬਾਤ। ਹਾਂ ਉਹਦੇ ਕੋਲ ਜਿੰਨੇ ਸਾਡੇ ਸਿੱਖ ਯੋਧੇ ਸੀਗੇ ਉਹ ਸਿੱਖ ਯੋਧਿਆਂ ਦੀਆਂ ਜਿਹੜੀਆਂ ਕਵਿਤਾਵਾਂ ਸੀਗੀਆਂ ਉਹਨਾਂ ਕੋਲ ਉਹ ਅਗਾਂਹ ਵਧੂ ਨਜ਼ਰੀਏ ਤੋਂ ਲਿਖੀਆਂ ਵੀ ਸੀ। ਅੱਛਾ। ਹਜੇ ਲੋਕਾਂ ਨੂੰ ਉਹਦੇ 'ਚ ਇਹ ਪਤਾ ਲੱਗਦਾ ਸੀ ਵੀ ਤੁਸੀਂ ਜਿਵੇਂ ਇਹਨਾਂ ਨੂੰ ਐਂ ਕਰੀ ਜਾਂਦੇ ਹੋ ਵੀ ਇਹਨਾਂ ਦੀ ਜਿਹੜੀ ਸੋਚ ਸੀ ਉਹ ਗੁਲਾਮੀ ਦੇ ਵਿਰੁੱਧ ਸੀ, ਤੁਸੀਂ ਖੜ੍ਹੇ ਕਿਉਂ ਨਹੀਂ ਹੁੰਦੇ? ਕਿਆ ਬਾਤ ਹੈ। ਹਾਂ ਉਹਨਾਂ ਨੂੰ ਖਾਉਂਦਾ ਸੀ ਉਹ। ਉਹ ਕਹਿੰਦੇ ਸੀ ਖੜ੍ਹੇ ਹੋਵੋ, ਉਹਨਾਂ ਦੀ ਸੋਚ ਨੂੰ ਸਹੀ ਸ਼ਬਦਾਂ ਵਿੱਚ ਅਪਣਾਓ ਉਹ। ਬਿਲਕੁਲ। ਉਹ ਕਵਿਤਾਵਾਂ ਵੀ ਮੈਂ ਕਹਿੰਦਾ ਬਹੁਤ ਜਿੰਨੀ ਮਾਨਤਾ ਸੀ ਲੋਕ ਮਤਲਬ ਕਦੇ ਇਹਨੂੰ ਇਹ ਨਹੀਂ ਸੀ ਲੋਕ ਕਹਿੰਦੇ ਤੂੰ ਗਾਉਣਾ ਬੰਦ ਕਰ ਦੇ। ਕਿਆ ਬਾਤ। ਆਪਦੀ ਇੱਛਾ ਨਾਲ ਸੀ ਸਾਰੇ ਪ੍ਰੋਗਰਾਮ ਹੋਰ ਵੀ ਲੇਟ ਹੋ ਜਾਂਦੇ ਸੀ। ਹਾਂ ਉਹਦੀ ਜਿਹੜੀ ਆਵਾਜ਼ ਸੀ ਜਿਹੜੇ ਕੰਨ 'ਚ ਇੱਕ ਵਾਰੀ ਪੈ ਜਾਂਦੀ ਸੀ ਉਹ ਕੰਨ ਦੇ ਵਿੱਚ ਉਹਦੀ ਆਵਾਜ਼ ਦਾ ਵਾਸਾ ਹੋ ਜਾਂਦਾ ਸੀ, ਕੰਨ ਤੋਂ ਜਾ ਕੇ ਮਨ ਦੇ ਵਿੱਚ ਜਾ ਕੇ ਬਹਿ ਜਾਂਦਾ ਸੀਗਾ ਵੀ ਇਹ ਜਿਹੜੀ ਦੁੱਖਾਂ ਦੀ ਕਹਾਣੀ ਹੈ। ਹਰ ਬੰਦਾ ਜਦੋਂ ਦੁਖੀ ਤਾਂ ਹੁੰਦਾ ਹੀ ਹੈ ਵੀ ਹਰ ਬੰਦੇ ਦੇ ਮਨ 'ਚ ਦੁੱਖ ਦਾ ਕਾਰਨ ਹੁੰਦਾ, ਇੱਕ ਛੋਟਾ ਵੀ ਹੋ ਸਕਦਾ ਬਾ ਵੀ ਹੋ ਸਕਦਾ, ਇਹ ਵੱਖਰੀ ਗੱਲ ਹੈ। ਉਂਝ ਪਰ ਜਿਹੜਾ ਸੰਤ ਰਾਮ ਉਦਾਸੀ ਦੀ ਆਵਾਜ਼ ਸੀ
ਉਹ ਦੁੱਖਾਂ ਨੂੰ ਟੱਚ ਕਰਦੀ ਸੀ ਅਤੇ ਉਹਦੇ ਵਿੱਚ ਮਹਿੰਦੀ ਵਾਂਗੂ ਰਚ ਜਾਂਦੀ ਸੀ। ਕੀ ਬਾਤ ਹੈ। ਚੌਥਾ ਤੁਸੀਂ ਗੱਲ ਕਰ ਰਹੇ ਸੀ ਪਾਸ਼ ਦੀ ਗੱਲ ਕਰ ਰਹੇ ਹੋ ਅਤੇ ਸੰਤਰਾਮ ਉਦਾਸੀ ਹੋਰਾਂ ਦੀ ਗੱਲ ਕਰ ਰਹੇ ਹੋ, ਸਿੱਧੇ ਤੌਰ 'ਤੇ ਦੇਖਿਆ ਜਾਵੇ ਦੋਨਾਂ 'ਚ ਫਰਕ ਕੀ ਦੇਖਦੇ ਹੋ ਦੋਨਾਂ ਦੀ ਰਚਨਾ ਵਿੱਚ? ਉਹਨਾਂ ਦੇ ਵਿੱਚ ਫਰਕ ਦੇਖੋ, ਇੱਕ ਤਾਂ ਇਹ ਹੈ ਕਿ ਇਹ ਇੱਕ ਦੂਜਾ ਦੀ ਜਿਹੜੀਆਂ ਦੋਨਾਂ ਦੀਆਂ ਸਿਨਫਾਂ ਸੀ। ਹਾਂਜੀ, ਆਪਾਂ ਵਿਰੋਧੀ ਸਿਨਫਾਂ ਕਹਿ ਸਕਦੇ ਹਾਂ। ਅੱਛਾ ਜੀ। ਇਹ ਤੁਕਵੰਦ ਲਿਖਦੇ ਸੀ। ਹਾਂਜੀ। ਉਹ ਮਤਲਬ ਤੁਕਵੰਦ ਨਹੀਂ ਲਿਖਦੇ ਸੀ, ਠੀਕ ਹੈ ਜੀ, ਖੁੱਲ੍ਹੀ ਕਵਿਤਾ ਲਿਖਦੇ ਸੀ ਉਹ। ਉਹਨਾਂ ਨੂੰ ਜਿਹੜੀ ਵਿਚਾਰਧਾਰਕ ਲੋਕ ਜ਼ਿਆਦਾ ਸੀਗੇ, ਹਾਂਜੀ, ਉਹਨਾਂ ਨੂੰ ਉਹ ਪੜ੍ਹਦੇ ਸੀ, ਠੀਕ ਹੈ ਜੀ, ਉਹ ਸਟੇਜਾਂ 'ਤੇ ਸੁਣਾਉਂਦੇ ਹੁੰਦੇ, ਉਹਨੂੰ ਸੁਣਦੇ। ਪਰ ਉਦਾਸੀ ਜਿਹੜਾ ਸੀ ਨਾ, ਉਦਾਸੀ ਜਿਹੜੇ ਬੰਦੇ ਨੇ ਕਦੇ ਸਕੂਲ ਦਾ ਮੂੰਹ ਵੀ ਨਹੀਂ ਸੀ ਦੇਖਿਆ ਹੁੰਦਾ, ਹਾਂਜੀ, ਜਿਹੜੇ ਬੰਦੇ ਕੋਈ ਅੱਖਰ ਵੀ ਉਠਾਉਣ ਨਹੀਂ ਜਾਣਦਾ ਸੀਗਾ, ਕਿਆ ਬਾਤ ਹੈ, ਉਹਨੂੰ ਲੋਕ ਉਹ ਵੀ ਮਾਣਦੇ ਸੀ। ਕਿਆ ਬਾਤ, ਉਹ ਇਸ ਕਰਕੇ ਮਾਣਦੇ ਸੀ ਕਿਉਂਕਿ ਉਹ ਉਹਨਾਂ ਦੇ ਦੁੱਖਾਂ ਨੂੰ ਹੋਈ ਆਪਦੀ ਕਵਿਤਾ ਦੇ ਰਾਹੀਂ ਪਰੋਸ ਕੇ ਉਹਨਾਂ ਨੂੰ ਦਿੰਦਾ ਸੀ। ਦਿੰਦਾ ਸੀ, ਬਿਲਕੁਲ। ਹਾਂ, ਕੋਈ ਬਾਹਰੋਂ ਤਾਂ ਕੋਈ ਗੱਲ ਲੈ ਕੇ ਨਹੀਂ ਸੀ ਆਉਂਦਾ ਉਹ। ਉਦਾਸੀ ਦਾ ਜਿਹੜਾ ਵੱਡੇ ਹੋਣ ਦਾ ਕਾਰਨ ਉਹ ਹੈ ਵੀ ਉਹ ਵਿਚਾਰਧਾਰਕ ਲੋਕਾਂ 'ਚ ਪਾਪੂਲਰ ਹੋਇਆ। ਹਾਂਜੀ। ਉਹ ਥੱਲੇ ਆਮ ਲੋਕਾਂ ਦੇ ਵਿੱਚ ਪਾਪੂਲਰ ਹੋਇਆ। ਹਾਂਜੀ, ਹਾਂਜੀ, ਇਹਦੇ ਮੁਕਾਬਲੇ 'ਤੇ ਜਿਹੜਾ ਪਾਸ ਸੀਗਾ, ਹਾਂਜੀ, ਹਾਂ, ਪਾਸ਼ ਨੂੰ ਇਹ ਫਾਇਦਾ ਹੋਇਆ ਵੀ ਉਹਦੀ ਖੁੱਲ੍ਹੀ ਕਵਿਤਾ ਹੋਣ ਕਰਕੇ ਉਹਨੂੰ ਅਨੁਵਾਦ ਹੋਣ ਦੇ ਵਿੱਚ ਕੋਈ ਡਿੱਕਾ ਨਹੀਂ ਸੀ ਆਉਂਦਾ, ਠੀਕ ਹੈ ਜੀ। ਹੁਣ ਮੇਰਾ ਖਿਆਲ ਹੈ ਬਹੁਤ ਭਾਰਤੀ ਭਾਸ਼ਾਵਾਂ ਦੇ ਵਿੱਚੋਂ ਅਨੁਵਾਦ ਹੋ ਚੁੱਕੇ ਆ। ਬਿਲਕੁਲ, ਹਾਂ, ਇਹ ਕੰਮ ਵੀ ਉਦਾਸੀ ਤੋਂ ਜ਼ਿਆਦਾ ਉਹਨਾਂ ਦੇ ਅਕੈਡਮਿਕ ਤੌਰ 'ਤੇ ਹੋਇਆ। ਬਿਲਕੁਲ। ਇਹਨਾਂ ਦੇ ਜਿਹੜੇ ਗੀਤ ਸੀਗੇ ਉਹ ਤੁਕਵੰਦ ਹੋਣ ਕਰਕੇ, ਰਹਾ 'ਚ ਹੋਣ ਕਰਕੇ, ਰਿਦਮ 'ਚ ਹੋਣ ਕਰਕੇ ਉਹ ਅਨੁਵਾਦ ਕੀਤੇ ਜਾ ਨਹੀਂ ਸਕਦੇ। ਨਹੀਂ, ਬਿਲਕੁਲ, ਹਜੇ ਖੁੱਲ੍ਹੀ ਕਵਿਤਾ ਨੂੰ ਭਾਵੇਂ ਪੂਰਨ ਜਿਹੜਾ ਰੂਪ ਹੈ ਉਹ ਨਹੀਂ ਦਿੰਦਾ, ਪਰ ਵਿਚਾਰਧਾਰਾ ਜਿਹੜੀ ਖੁੱਲ੍ਹੀ ਕਵਿਤਾ ਅਨੁਵਾਦ ਕੇ ਚੰਗਾ ਹੋਵੇ ਉਹ ਬਰਕਰਾਰ ਰਹਿੰਦੀ ਹੈਗੀ। ਬਿਲਕੁਲ, ਹਾਂਜੀ, ਹਾਂਜੀ। ਚੌਹਾਨ ਸਾਹਿਬ, ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਸੰਤਰਾਮ ਉਦਾਸੀ ਹੋਰਾਂ ਨੂੰ, ਕੋਈ ਅਜਿਹੀ ਘਟਨਾ ਸਾਡੇ ਨਾਲ ਸਾਂਝੀ ਕਰੋ ਜੋ ਜੇਕਰ ਤੌਰ 'ਤੇ ਤੁਹਾਡੇ ਦਿਮਾਗ 'ਚ ਹੋਵੇ ਜਿਹਨਾਂ ਨੂੰ। ਉਹਨਾਂ ਦੇ ਪਿਆਰ ਦੀਆਂ ਮਤਲਬ ਅਨੇਕਾਂ ਘਟਨਾ ਮੇਰੇ ਕੋਲ ਹੈਗੀਆਂ, ਮੈਂ ਤੁਹਾਨੂੰ ਇੱਕ ਘਟਨਾ ਦੱਸਦਾ ਵੀ ਇੱਕ ਵਾਰੀ ਜੀਰੇ ਕਵੀ ਦਰਬਾਰ 'ਤੇ ਗਏ ਸੀ, ਠੀਕ ਹੈ ਜੀ। ਹਾਂਜੀ, ਉੱਥੇ ਜਦੋਂ ਜੀਰੇ ਕਵੀ ਦਰਬਾਰ ਹੋਇਆ, ਖੁੱਲ੍ਹਾ ਕਵੀ ਦਰਬਾਰ ਸੀ ਉਹ, ਲੋਕ ਵੀ ਸੁਣਨ ਆਏ ਸੀ, ਉਹ ਵੀ ਪਬਲਿਕ ਰਿਲੇਸ਼ਨ ਨੇ ਕਰਵਾਇਆ ਸੀ, ਉਦਾਸੀ ਸਾਹਿਬ ਨੇ ਗਾਇਆ, ਅਸੀਂ ਕਵਿਤਾ ਪੇਸ਼ ਕੀਤੀਆਂ। ਉਦੋਂ ਕਵੀ ਦਰਬਾਰ ਰਾਤ ਨੂੰ ਹੁੰਦੇ ਸੀ, ਅਸੀਂ ਰਾਤ ਨੂੰ ਜਿਹੜਾ DPRO ਸੀਗਾ ਉਹ ਸਰਕਾਰ ਦਾ, ਉਹ ਸਾਨੂੰ ਕਿਸੇ ਇੱਕ ਇਹੋ ਜਿਹੇ ਬੰਦੇ ਨੂੰ ਬਾਂਹ ਫੜਾ ਗਿਆ ਵੀ ਲਓ ਜੀ ਇਹਨਾਂ ਦੀ ਰਾਤ ਕਟਾ ਦਿਓ, ਠੀਕ ਹੈ। ਉਹ ਬੰਦਾ ਇਸ ਤਰ੍ਹਾਂ ਰਿਹਾ ਵੀ ਉਹਨੇ ਅੰਦਰੋਂ ਬਾਰ ਬੰਦ ਕਰ ਲਿਆ ਅਤੇ ਗਲੀ ਵਾਲੀ ਜਿਹੜੀ ਗੈਲਰੀ ਸੀ ਉਹਦਾ ਬਾਰ ਬੰਦ ਕਰ ਲਿਆ, ਠੀਕ ਹੈ। ਅਸੀਂ ਉਹਨੂੰ ਬਥੇਰੀਆਂ ਹਾਕਾਂ ਮਾਰੀਆਂ ਵੀ ਅਤੇ ਉਹਨੇ ਦਰਵਾਜ਼ਾ ਨਹੀਂ ਖੋਲ੍ਹਿਆ, ਪਾਣੀ ਵੀ ਪੀਣ ਤੱਕ ਸਾਡੇ ਵਾਸਤੇ ਰਾਤ ਨੂੰ ਉਹਨੇ ਕਮਰੇ 'ਚ ਨਹੀਂ ਰੱਖਿਆ। ਅਖੀਰ ਉੱਠ ਕੇ ਮੇਰਾ ਖਿਆਲ 6 ਵਜੇ ਹੋਣਗੇ, ਸਰਦੀ ਦਾ 6:30 ਵਜੇ, ਵੀ ਉਦਾਸੀ ਕਿਸੇ ਨਾਲ ਦੇ ਘਰੋਂ ਜਾ ਕੇ ਪਾਣੀ ਲਿਆਇਆ, ਠੀਕ ਹੈ। ਵੀ ਉਹਨਾਂ ਦਾ ਸੁਭਾਅ ਜਿਹੜਾ ਮਿੱਠਾ ਬਹੁਤ ਸੀ, ਆਵਾਜ਼ ਬੜੀ ਸੁਰੀਲੀ ਸੀ, ਵੀ ਉਹ ਆਪਦੀ ਆਵਾਜ਼ ਦੇ ਸਿਰ 'ਤੇ ਜਾ ਕੇ ਜਦੋਂ ਕੋਈ ਅਰਜ਼ੀ ਬੇਨਤੀ ਕਰੀ ਹੋਣੀ ਹੈ ਉਹਨਾਂ ਨੇ ਜੱਗ ਪਾਣੀ ਦਾ ਦਿੱਤਾ ਅਤੇ 2 ਗਲਾਸ ਨਾਲ ਦਿੱਤੇ। ਅੱਛਾ ਜੀ। ਅਤੇ ਉਹ ਮਤਲਬ ਪੀਣ ਪਿੱਛੋਂ ਅਸੀਂ ਉਹ ਮਕਾਨ ਮਾਲਕ ਨੂੰ ਬਿਨਾਂ ਕੁਛ ਕਹੇ ਅੱਡੇ 'ਤੇ ਆ ਗਏ। ਅੱਛਾ ਜੀ। ਅੱਡੇ 'ਤੇ ਸਾਹਮਣੇ ਕਣਕ ਉਹਨਾਂ ਦਿਨਾਂ ਦੇ ਵਿੱਚ ਬੀਜੀ ਸੀ, ਕਾਫੀ ਗਿੜਖਿੜ ਤੋਂ ਵੱਡੀ ਹੋ ਚੁੱਕੀ ਸੀ, ਠੀਕ ਹੈ, ਵੀ ਉਹਨੂੰ ਰਵਾਉਣ ਵਾਸਤੇ ਮੋਟਰ ਚੱਲੀ ਜਾਵੇ, ਕਿਸਾਨ ਕੋਈ ਹੈ ਨਹੀਂ ਸੀ। ਅੱਛਾ ਜੀ। ਹਾਂ, ਅਸੀਂ ਉਹਦੀ ਖੇਡ ਦੇ ਵਿੱਚ ਉੱਥੇ ਹੀ ਨਹਾਤੇ ਠੰਡੇ ਪਾਣੀ ਦੇ ਨਾਲ, ਵੀ ਉਦਾਸੀ ਕਹਿੰਦਾ ਵੀ ਲਓ ਵੀ ਹੁਣ ਆਪਾਂ ਚਾਹ ਪੀਣੇ, ਉਹ ਰੇਹੜੀ ਵਾਲਾ ਬੰਦਾ ਖੜ੍ਹਾ, ਚਾਹਲਾ ਆ ਗਿਆ ਵੀ, ਅਤੇ ਉਹ ਜਦੋਂ ਰੇਹੜੀ ਵਾਲਾ ਬੰਦਾ ਖੜ੍ਹਾ ਇੱਥੇ ਅਸੀਂ ਗਏ, ਵੀ ਉਦਾਸੀ ਨੂੰ ਉਹਨੇ ਪਛਾਣ ਲਿਆ, ਕਹਿੰਦਾ ਜੀ ਰਾਤ ਮੈਂ ਤੁਹਾਨੂੰ ਸੁਣ ਕੇ ਵੀ ਆਇਆ, ਹੈ ਜੀ, ਵੀ ਮੈਂ ਲੇਟ ਗਿਆ ਘਰ ਅਤੇ ਸਾਈਕਲ 'ਤੇ, ਮੇਰਾ ਪਿੰਡ 9-10 ਕਿਲੋਮੀਟਰ ਹੈ। ਅੱਛਾ ਜੀ। ਹੈ ਜੀ, ਵੀ ਮੈਂ 7ਵੀਂ 8ਵੀਂ ਦੇ ਸੁਣੋ ਸਕੂਲ ਤੁਹਾਡੇ ਗੀਤ ਗਾਉਂਦਾ ਰਿਹਾ। ਕਿਆ ਬਾਤ ਹੈ। ਵੀ ਅੱਜ ਤਾਂ ਕੋਈ ਪਰਮਾਤਮਾ ਨੇ ਇਹੋ ਜਿਹਾ ਦਿਨ ਲਿਆਤਾ ਜੀ, ਮੈਨੂੰ ਤਾਂ ਦੇਵਤੇ ਦਰਸ਼ਨ ਹੋ ਗਏ, ਪਹਿਰੀ ਹੱਥ ਲਾਏ। ਅੱਛਾ ਜੀ। ਹਾਂ, ਵੀ ਆਪਦੀ ਮਨ ਦੀ ਵੀ ਇੱਛਾ ਨਾਲ ਮਤਲਬ ਸਾਰਾ ਉਹ 'ਚ ਮੋਹ ਪਿਆਰ ਘੋਲ ਕੇ ਚਾਹ ਬਣਾਈ। ਕਿਆ ਬਾਤ ਹੈ। ਹਾਂ, ਵੀ ਵੀ ਅਸੀਂ ਮੱਠੀ ਭਾਵੇਂ ਇੱਕ ਇੱਕ ਮੰਗੀ ਸੀ, ਉਹ ਵਾਰ ਵਾਰ ਤੁਹਾਨੂੰ ਮਤਲਬ ਮੱਠੀ ਦਿਆ ਕਰੇ ਵੀ ਲਓ ਜੀ ਹੋਰ ਲਓ ਤੁਸੀਂ, ਅਤੇ ਚਾਹ ਵੀ ਇੱਕ ਵਾਰੀ ਹੋਰ ਬਣਾ। ਠੀਕ ਹੈ। ਉਦੋਂ ਪਿੱਛੋਂ ਜਦੋਂ ਅਸੀਂ ਦੇਖਿਆ ਵੀ ਯਾਰ ਇਹਦੀ ਤਾਂ ਉਹ ਅੱਧਾ ਤਾਂ ਮਿਰਤਮਾਨ ਮੱਠੀਆਂ ਦਾ ਖਾਲੀ ਕਰਤਾ, ਦੁੱਧ ਵੀ ਇਹਦਾ ਕਿੰਨਾ ਲੱਗਿਆ ਹੁੰਦਾ, ਵੀ ਉਹਨੂੰ ਮੈਂ ਪੈਸੇ ਦੇਣੇ ਚਾਹੇ 20 ਰੁਪਈਏ ਮਤਲਬ ਆ ਲੈ ਲਾ ਤੁਹਾਨੂੰ, ਉਹ ਕਹਿੰਦੇ ਪੈਸੇ ਜੇਬ 'ਚ ਪਾਓ, ਮੈਂ ਪੈਸੇ ਨਹੀਂ ਲੈਣੇ। ਅੱਛਾ ਜੀ। ਹਾਂ, ਇਹ ਜੇ ਸਾਡੇ ਲੋਕਾਂ ਵਾਸਤੇ ਆਪਦੀ ਜ਼ਿੰਦਗੀ ਨੂੰ ਮਤਲਬ ਲੋਕਾਂ ਦੇ ਵੀ ਅੱਛੀ ਬਣਾਉਣ ਵਾਸਤੇ ਜਿਹੜਾ ਇਹ ਜ਼ਿੰਦਗੀ ਲਾ ਸਕਦੇ ਆ, ਜਾਂ ਸਾਡੇ ਲਈ ਸਾਰੀ ਜ਼ਿੰਦਗੀ ਲਾਈ ਬੈਠੇ ਵੀ ਅਸੀਂ ਪੈਸੇ ਲਈਏ, ਇਹ ਹੋ ਹੀ ਨਹੀਂ ਸਕਦਾ। ਅਣਖੀ ਸਾਹਿਬ ਇੰਨੇ ਜਜ਼ਬਾਤ ਵੀ ਉਦਾਸੀ ਸਾਹਿਬ ਇੰਨੇ ਜਜ਼ਬਾਤੀ ਹੋਏ, ਉਹਨਾਂ ਨੇ ਤੁਸੀਂ ਲਾਓ ਸਾਹਿਬ ਕੋਈ ਉਹਨੂੰ ਜੱਫੀ ਪਾ ਲਈ। ਅੱਛਾ। ਵੀ ਉਹ ਮੁੰਡਾ ਜਿਹੜਾ ਸੀ ਚਾਹ ਵਾਲਾ, ਉਹ ਵੀ ਰੋ ਰਿਹਾ ਸੀ ਅਤੇ ਇਹ ਵੀ ਰੋ ਰਹੇ ਸੀ, ਉਹਨਾਂ ਬਿਨਾਂ 'ਚ ਮੋਬਾਈਲ ਤਾਂ ਹੁੰਦੇ ਨਹੀਂ, ਜੇ ਕਦੇ ਮੋਬਾਈਲ ਹੁੰਦੇ। ਮੈਂ ਕਹਿੰਦਾ ਵੀ ਉਹ ਫੋਟੋ ਉਦਾਸੀ ਦੀ ਸਾਰੀਆਂ ਯਾਦਗਾਰੀ ਫੋਟੋਆਂ ਨਾਲੋਂ ਚੰਗੀ ਹੋਈ। ਅਸਲ ਤੌਰ 'ਤੇ ਇਹ ਵੱਡੇ ਸਨਮਾਨ ਸੀ ਜਿਹੜੇ ਉਹਨਾਂ ਨੂੰ ਰਚਨਾ ਕਰਕੇ ਮੋਹ ਪਿਆਰ ਕਰਕੇ ਲੋਕਾਂ ਦੇ ਮਿਲੇ ਹੋਏ ਸੀ। ਹਾਂਜੀ, ਹਾਂਜੀ। ਚੌਹਾਨ ਸਾਹਿਬ, ਸਰਕਾਰੀ ਤੌਰ 'ਤੇ ਜੇ ਦੇਖਿਆ ਜਾਵੇ ਸੰਤਰਾਮ ਉਦਾਸੀ ਹੋਰਾਂ ਨੂੰ ਬਹੁਤੀ ਮਾਨਤਾ ਨਹੀਂ ਮਿਲੀ, ਜਾਂ ਅਕਾਦਮਿਕ ਤੌਰ 'ਤੇ ਆਪਾਂ ਗੱਲ ਕਰੀ ਕਿ ਉਹਨਾਂ ਨੂੰ ਨਹੀਂ ਜ਼ਿਆਦਾ ਉਹਨਾਂ ਜਿੰਨਾ ਸਿਹਰਾ ਮਿਲਣਾ ਚਾਹੀਦਾ ਸੀ ਮਿਲਿਆ, ਇਹਦਾ ਕੀ ਕਾਰਨ ਸਮਝਦੇ? ਨਹੀਂ, ਅਕੈਡਮਿਕ ਤੌਰ
वो दलित परिवार का भावें समाज के उन्होंने बहुता सामना नहीं करना पाया। ठीक है, उसका कारण से कि लोगों का गीतों का संबंध उन्होंने नाल सी, लोग गीत सुनते उन्होंने बुलाते सी। अकैडमिक तौर पर जेडे पर लोग जेडे मतलब उत्ते कमेटियां बन दी हैं, जां भाषा विभाग दी कमेटियां बन दी हैं, जां कोई इनाम देने वाली होर कमेटियां ने, उहदे विच जाके मतलब जेडे दलतां दी गिणती बहुत घट हुंदी है। ठीक है, चोण करने वेले उन्ने बंदे नहीं होंगे। अगली जिहड़ी गल है भी हुण तक दे जे भाषा विभाग के नाम होए जां साहित अकैडमी के नाम होए जां होर हो जे दे नाम उहदे विच जे हुण तक नज़र मारीए तां उह कोई बहुत ही तसल्ली वक्त गिणती जिहड़ी उहदे विच दलित भाईचारे दी नहीं आउंदी। इह वक्खरी गल है कि इक लेख नूं इस प्रसंग च नहीं देखा जाता है, उंज पर देखा जाता है। ये पुरानियां जो रुचियां मानसिकता जिहड़ी हैगी सदियों तो आ रही है वो मानसिकता बरकरार है हजे तक उस तक की। ठीक है, हाँ उहदे करके उन्होंने भी इधर जे मतलब दलित होने का उन्होंने नुकसान होया, अवतार पाशनू जिहड़ा किसी ना किसी पक्ष के उत्ते जिमीदार होने का भी जिहड़ा मतलब फायदा होया, ये गल नूं असीं अखों परोखे नहीं कर सकते। ये क्योंकि गल अनेक थावां ते देखी जा जदों पड़चोल करोगे तुसीं ये गल वेखी जा सकती है। उंज पर जिहड़ा उदासी इन्हां गल्लां मगर जाण वाला बंदा भी नहीं सी। अच्छा जी, वो मतलब इनाम खराम की जो बुनतर बिजड़े दे आलने वांगू बुननी पैंदी है जां कहना कहाउणा पैंदा उधर तां उहदा ध्यान ही नहीं सी हुंदा। ਕਹਿੰਦਾ ਮਤਲਬ ਦਲਿਤਵਾਦ ਵੀ ਇੱਕ ਮੁੱਦਾ ਬਣਿਆ, ਇੱਕ ਵਿਸ਼ਾ ਕਾਰਨ ਬਣਿਆ ਉਹਨਾਂ ਨੂੰ ਮਾਨਤਾ ਨਾਲ। ਉਹ ਤਾਂ ਵੱਡੀ ਗੱਲ ਹੈ ਵੀ ਉਹਨਾਂ ਕੋਲ ਕਾਪੀ ਜਾਂ ਡਾਇਰੀ ਨਾਲ ਨਾਲ ਰਹਿੰਦੀ ਸੀ। ਅੱਛਾ, ਹਾਂ ਸਾਈਕਲ 'ਤੇ ਜਾਂਦੇ ਹੁੰਦੇ ਜਿੱਥੇ ਵੀ ਕਿਤੇ ਮਤਲਬ ਉਹਨਾਂ ਨੂੰ ਕੋਈ ਗੱਲ ਆਉੜੀ ਉੱਥੇ ਹੀ ਸਾਈਕਲ ਸਟੈਂਡ 'ਤੇ ਲਾ ਕੇ ਜਿਹੜੇ ਸੀਗੇ ਉਹ ਲਿਖਣ ਬਹਿ ਜਾਂਦੇ ਸੀਗੇ। ਉਹਨਾਂ ਦਾ ਇਹੀ ਜੀਵਨ ਦੀ ਬਹੁਤ ਵੱਡੀ ਖੁਸ਼ੀ ਹੁੰਦੀ ਸੀ। ਕੀ ਬਾਤ ਹੈ, ਉਹਦਾ ਪਰ ਉੱਦਾਂ ਉਹ ਮੂਲ ਤੌਰ 'ਤੇ ਜੇ ਕਿਸੇ ਬੰਦਾ ਮੂਲ ਸੁਭਾਅ ਹੁੰਦਾ ਉਹ ਮੂਲ ਸੁਭਾਅ ਤੌਰ 'ਤੇ ਉਦਾਸ ਕਿਸਮ ਦੇ ਆਦਮੀ ਸੀ। ਅੱਛਾ ਜੀ, ਖੁਸ਼ੀ ਮਤਲਬ ਬਹੁਤੇ ਖੁਸ਼ ਨਹੀਂ ਸੀ ਹੁੰਦੇ ਬਿਲਕੁਲ, ਜਾਂ ਹੋਰ ਉਦਾਸ ਕਿਸਮ ਦਾ ਹੋਣ ਕਾਰਨ ਵੀ ਉਦਾਸੀ ਇੱਕ ਤਾਂ ਜਿਹੜੀ ਆਪਦੀ ਨਿੱਜੀ ਉਦਾਸੀ ਦਲਿਤ ਪਰਿਵਾਰ 'ਚ ਹੋਣਾ ਲੋੜਾਂ ਨਾ ਪੂਰੀਆਂ ਹੋਣੀਆਂ, ਉਦੋਂ ਬਾਅਦ ਜਿਉਂ ਜਿਉਂ ਉਹ ਹੋਰਾਂ ਲੋਕਾਂ ਦੇ ਮਤਲਬ ਜੀਵਨ ਨਾਲ ਜੁੜਦੇ ਗਏ ਦੁੱਖਾਂ ਨਾਲ ਜੁੜਦੇ ਗਏ ਇੱਥੋਂ ਦੁੱਖਾਂ ਦੇ ਕਾਰਨ ਲੱਭਦੇ ਗਏ ਇਸ ਕਰਕੇ ਉਹ ਗਾਹ ਮਧੂ ਬਣੇ। ਇਸ ਕਰਕੇ ਉਹਨਾਂ ਦਾ ਮਾਨਸਿਕ ਜਿਹੜਾ ਸੁਭਾਅ ਸੀ ਉਹ ਸਾਰੇ ਕੁੱਲ ਲੁਕਾਈ ਦੇ ਦੁੱਖ ਹੰਢਾਉਣ ਵਾਲਾ ਸੀਗਾ। ਉਹਨੇ ਦੁੱਖ ਇਸ ਕਰਕੇ ਜਿਹੜੇ ਲੋਕਾਂ ਦੇ ਦੁੱਖਾਂ ਦੇ ਗੀਤ ਬਣਾਏ, ਉਹਨੇ ਗੀਤ ਬਣਾਏ ਨਹੀਂ, ਉਹ ਗੀਤ ਪਹਿਲਾਂ ਲਿਖਣ ਤੋਂ ਪਹਿਲਾਂ ਗੀਤ ਜਿਉਂ ਵੀ ਕਿਆ ਬਾਤ ਆਪਦੇ ਪਿੰਡੇ 'ਤੇ ਜਿਉਂ ਕੇ ਉਹ ਗੀਤ ਲਿਖੇ। ਕਹਿੰਦਾ ਮਤਲਬ ਆਪਣੇ ਗੀਤਾਂ ਵਰਗਾ ਸੀ ਉਹਨਾਂ, ਇਸ ਕਰਕੇ ਹੀ ਉਹ ਗੀਤ ਜਿਉਂਦਾ। ਰਚਨਾ ਤਾਂ ਹਮੇਸ਼ਾ ਜਿਹੜੀ ਜਿਉਂ ਕੇ ਲਿਖੀ ਜਾਂਦੀ ਹੈ ਨਾ, ਕਿਆ ਬਾਤ ਉਹੀ ਰਚਨਾ ਚੱਲਦੀ ਹੈ, ਉਮਰ ਵੱਧ ਘੱਟ ਹੋ ਸਕਦੀ ਹੈ, ਕਿਆ ਬਾਤ ਉਮਰ ਜਿਹੜੀ ਹੈਗੀ ਉਦਾਂ, ਪਰ ਜਿਹੜੀਆਂ ਰਚਨਾਵਾਂ ਸ਼ਿੱਦਤ ਨਾਲ ਲਿਖੀਆਂ ਹੁੰਦੀਆਂ, ਆਤਮਕ ਤੌਰ 'ਤੇ ਜੁੜ ਕੇ ਲਿਖੀਆਂ ਹੁੰਦੀਆਂ ਜਾਂ ਰੂਹ ਦੇ ਰੰਗ 'ਚ ਘੋਲ ਕੇ ਲਿਖੀਆਂ ਹੁੰਦੀਆਂ, ਉਹ ਜਿਹੜੇ ਉਹਨੂੰ ਕੋਈ ਸੇਵਾ ਨਹੀਂ ਮਾਰ ਸਕਦਾ ਆਦਮੀ ਜਿਹੜੀ ਦੇਹੀ ਹੈਗੀ ਉਹਨੇ ਇੱਕ ਸੀਮਾ 'ਤੇ ਜਾ ਕੇ ਵੀ ਅਰਥਹੀਣ ਹੋ ਜਾਣਾ ਹੁੰਦਾ, ਪਰ ਗੀਤ ਉਹਦੇ ਉਦੋਂ ਅੱਗੇ ਜਾਂਦੇ ਨੇ। ਉਦਾਸੀ ਦੀ ਦੇਖੋ ਅੱਜ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ, ਅੱਜ ਹਰ ਧਰਨਿਆਂ ਦੇ ਵਿੱਚ ਅੱਜ ਉਦਾਸੀ ਗੂੰਜਿਆ, ਉਦਾਸੀ ਗੂੰਜਿਆ ਅਤੇ ਪਾਸ਼ ਨਹੀਂ ਗੂੰਜਿਆ ਜਾਂ ਸੁਰਜੀਤ ਪਾਤਰ ਕਿਉਂ ਨਹੀਂ ਗੂੰਜਿਆ, ਇਹ ਬਹੁਤ ਵੱਡੇ ਸਵਾਲ ਨੇ। ਇਹਦੇ ਵਿੱਚੋਂ ਆਪਾਂ ਜੇ ਕਿਸੇ ਬੰਦੇ ਵੱਲ ਉਂਗਲ ਠਾਉਣ ਦੀ ਬਜਾਏ ਮਤਲਬ ਇਹ ਸੋਚੀਏ ਵੀ ਉਦਾਸੀ ਦੀ ਜਿਹੜੀ ਮਾਨਤਾ ਹੈਗੀ ਉਹ ਬਹੁਤ ਵੱਡੀ ਹੈ। ਹਾਂ ਇਹ ਗੱਲ ਕਹੀ ਜਾ ਸਕਦੀ ਪੰਜਾਬੀ ਦੇ ਵਿੱਚ ਦੋ ਹੀ ਕਵੀ ਜਿਹੜੇ ਜ਼ਿਆਦਾ ਪੜ੍ਹੇ ਅਤੇ ਸੁਣੇ ਜਾਂਦੇ ਨੇ, ਉਹ ਵੀ ਸੀ ਜਿਉਂਦੇ ਜੀ ਵੀ ਹੋਇਆ ਸ਼ਿਵ ਕੁਮਾਰ ਬਟਾਲਵੀ, ਠੀਕ ਹੈ, ਉਦੋਂ ਪਿੱਛੋਂ ਜਿਹੜਾ ਸੀ ਸੰਤ ਰਾਮ ਉਦਾਸੀ, ਠੀਕ ਹੈ, ਹੋਰ ਜਿਹੜੇ ਤੀਜੇ ਹੋਰ ਸੀਗੇ ਹੈਗੇ ਉਹ ਸਾਰੇ ਮਗਰ ਹੈ। ਉਦਾਸੀ ਦਾ ਜਿਹੜਾ ਇੱਕੋ ਹੀ LP ਜਿਹੜਾ ਸੀਗਾ ਉਹ ਟੈਪ ਵੀ ਹੋਇਆ ਸੀ ਲੀਜ, ਉਦੋਂ ਬਾਹਰ ਗਏ ਸ਼ਾਇਦ ਅਮੈਰੀਕਾ ਜਾਂ ਕੈਨੇਡਾ 'ਚ, ਮੈਨੂੰ ਪੱਕੀ ਤਰ੍ਹਾਂ ਨਹੀਂ ਯਾਦ ਇਹ ਵੀ ਉਦੋਂ ਉਹਨਾਂ ਦਾ ਜਿਹੜਾ ਗੀਤ ਸੀਗਾ ਉਹ LP ਜਿਹੜਾ ਹੈਗਾ ਉਹ ਉਦੋਂ ਵੀ ਸੁਣਿਆ ਜਾਂਦਾ ਸੀ ਹੁਣ ਵੀ ਸੁਣਿਆ ਜਾਂਦਾ। ਉਹ ਜਦੋਂ ਕੋਈ ਵੀ ਉਹ 'ਚੋਂ ਇੱਕ ਗੀਤ ਕੋਈ ਯੂਟਿਊਬ 'ਤੇ ਪਾ ਦਿੰਦਾ ਕਿ ਜਾਂ ਕੋਈ ਹੋਰ ਪਾਉਂਦਾ, ਲੱਖਾਂ ਕੁ ਲੈਕਿੰਗ ਤਾਂ ਹੁਣ ਹੋ ਜਾਂਦੀ ਹੈ। ਉਹਦੇ ਦੇਖੋ ਸਾਜ਼ ਕੋਈ ਨਹੀਂ, ਉਹਦੇ ਵਿੱਚ ਇਕੱਲੀ ਆਵਾਜ਼ ਹੈ, ਠੀਕ ਹੈ, ਆਵਾਜ਼ ਨੂੰ ਕੋਈ ਸਾਜ਼ ਦੀ ਲੋੜ ਨਹੀਂ ਸੀ, ਮਤਲਬ ਉਹਨਾਂ ਦੀ ਆਵਾਜ਼ ਹੀ ਬਰਾਗ ਸੀਗਾ, ਮਤਲਬ ਬਰਾਗ ਉਹਦੇ 'ਚ ਸਰੋਤੇ ਦਾ ਜਿਹੜਾ ਮਨ ਹੈ ਨਾ ਉਦੋਂ ਮਤਲਬ ਆਵਾਜ਼ ਤੋਂ ਕਰਨੀ ਪੈਂਦੀ, ਉਹਦੇ ਵਿਚਾਲੇ ਕੋਈ ਚੀਜ਼ ਨਹੀਂ ਆਉਂਦੀ ਉਹਦੇ, ਨਾ ਕੋਈ ਸਾਜ਼ ਨਾ ਤੁਸੀਂ ਦੁੱਖਾਂ ਨੂੰ ਮਹਿੰਦੀ ਦੀ ਗੱਲ ਪਹਿਲਾਂ ਕਰਕੇ ਉਹ ਰਚ ਜਾਂਦੇ ਸੀ, ਯਾਨੀ ਕਿ ਦੁੱਖਾਂ ਨਾਲ ਰਚੇ ਹੋਏ ਗੀਤ ਸੀ। ਹਾਂ ਉਹ ਮਤਲਬ ਇੰਨਾ ਸਾਡਾ ਰੌਸ਼ਨੀ ਦਾ ਮੀਨਾਰ ਸੀਗਾ, ਉਹਨੂੰ ਨਾ ਤਾਂ ਮਤਲਬ ਬਹੁਤ ਬੜਲਰ ਮੇ ਸਤੰਭ ਕਹਿੰਦੀ ਜੇ ਮੀਨਾਰ ਹੁੰਦੇ ਉੱਚੇ ਉੱਚੇ, ਉਹ ਗੀਤਾਂ ਦਾ ਮੀਨਾਰ ਸੀ ਜਿਹੜਾ ਵੀ ਉਸ ਮੀਨਾਰ ਨੂੰ ਨਾ ਤਾਂ ਕੋਈ ਜਿਉਂਦੇ ਜੀ ਵੀ ਸੀ ਅੱਖੋਂ ਪਰੋਖੇ ਕਰ ਸਕਿਆ, ਨਜ਼ਰਅੰਦਾਜ਼ ਕਰ ਸਕਿਆ। ਹੁਣ ਤਾਂ ਕਿਸੇ ਨੇ ਕਰਨਾ ਕੀ ਹੈ, ਹੁਣ ਤਾਂ ਜਿਹੜੀ ਵੀ ਉਹਦੇ ਗੀਤ ਆ ਕਾਇਨਾਤ ਦੇ ਵਿੱਚ ਰਚੇ ਹੋਏ, ਜਦੋਂ ਤੱਕ ਕੋਈ ਕਾਇਨਾਤ ਰਹੂਗੀ ਉਦੋਂ ਤੱਕ ਉਦਾਸੀ ਦੇ ਗੀਤ ਜਿਹੜੇ ਗੂੰਜਦੇ ਰਹਿਣਗੇ। ਠੀਕ ਹੈ, ਚੌਂਕ ਸਾਹਿਬ ਬਹੁਤ ਸਾਰੀਆਂ ਗੱਲਾਂ ਸੰਤ ਰਾਮ ਉਦਾਸੀ ਹੋਰਾਂ ਵਾਸਤੇ ਕੀਤੀਆਂ ਜਾ ਸਕਦੀਆਂ ਨੇ, ਬਹੁਤ ਲੰਬਾ ਉਹਨਾਂ ਨੇ ਜੀਵਨ ਹੰਢਾਇਆ। ਅਤੇ ਦੋਸਤੋ ਅਗਲੇ ਹਫ਼ਤੇ ਇਸ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸੇ ਲੜੀ ਦੇ ਤਹਿਤ ਉਹਨਾਂ ਦੀਆਂ ਹੋਰ ਯਾਦਾਂ ਤੁਹਾਨੂੰ ਲੈ ਕੇ ਪੇਸ਼ ਹੋਈਏ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ ਤੁਹਾਡਾ ਆਪਣਾ
ਤੁਹਾਡੇ ਲਈ।